ਕਿੰਨੇ ਦਿਨ ਹੋ ਗਏ ਪਾਕਿਸਤਾਨ 'ਚ, ਕਿਸ ਤਰ੍ਹਾਂ ਦੀ ਮੁਹੱਬਤ ਮਿਲੀ, ਕਿਸ ਤਰ੍ਹਾਂ ਦਾ ਸਵਾਗਤ ਮਿਲਿਆ? ਸਤਿ ਸ਼੍ਰੀ ਅਕਾਲ ਜੀ, ਅਸੀਂ ਫੈਸਲਾਬਾਦ ਤੋਂ ਬੈਵਲਪੁਰ ਤੋਂ ਸਹੀਵਾਲ ਤੋਂ ਹੁਣ ਲਾਹੌਰ ਪਹੁੰਚੇ ਜੀ। ਆਪਣਾ ਕਬੱਡੀ ਦਾ ਕਾਫਲਾ ਬਹੁਤ ਵਧੀਆ ਪਿਆਰ ਮਿਲਿਆ ਜੀ, ਸਾਰੇ ਹਰੇਕ ਥਾਂ 'ਤੇ ਸਾਡਾ ਵਧੀਆ ਸਵਾਗਤ ਕੀਤਾ ਗਿਆ, ਪਬਲਿਕ ਤੋਂ ਬਹੁਤ ਵਧੀਆ ਪਿਆਰ ਮਿਲਿਆ ਜੀ। ਏਸ਼ੀਆ ਕੱਪ ਦੀ ਤਿਆਰੀਆਂ ਪਹੁੰਚ ਗਈਆਂ ਅਰੂਜ 'ਤੇ, ਟਿਕਟਾਂ ਦੀਆਂ ਰੋਨਮਾਈਆਂ ਹੋ ਗਈਆਂ ਸ਼ੁਰੂ ਅਤੇ ਟੀਮਾਂ ਦੀ ਆਮਦ ਵੀ ਹੋ ਗਈ ਸ਼ੁਰੂ। ਔਰ ਭਾਰਤ ਤੋਂ ਰਾਜਰ ਬਿੰਨੀ ਜਿਹੜੇ BCCI ਦੇ ਸਦਰ ਨੇ ਉਹ ਵੀ ਆ ਰਹੇ ਨੇ, ਔਰ ਰਾਜੇਵ ਸ਼ੁਕਲਾ ਵੀ ਆ ਰਹੇ ਨੇ। ਔਰ ਰਾਜਰ ਬਿੰਨੀ ਹੋਰਾਂ ਨੇ ਕਿਹਾ ਕਿ ਮੈਂ ਪਾਕਿਸਤਾਨ 'ਚ ਜਾ ਕੇ ਬੜੀ ਖੁਸ਼ੀ ਮਹਿਸੂਸ ਕਰਨਾ, ਉੱਥੇ ਬੜਾ ਪਿਆਰ ਮਿਲਦਾ, ਅਤੇ ਫਿਰ ਟੀਮ ਕਿਉਂ ਨਹੀਂ ਭੇਜੀ? ਅਗਰ ਤੁਹਾਨੂੰ ਬੜਾ ਪਿਆਰ ਮਿਲਦਾ, ਬੜੀ ਸਿਕਿਉਰਿਟੀ ਮਿਲਦੀ, ਤਾਂ ਟੀਮ ਆ ਜਾਂਦੀ ਤਾਂ ਕੀ ਸੀ? ਤੁਹਾਡੇ ਨਾਲ ਜੇ ਸ਼ਾਹ ਹੋਰੀ ਵੀ ਆ ਜਾਂਦੇ ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੰਨਾ ਪਿਆਰ ਦਿੰਦੇ ਹਾਂ, ਕਿੰਨੀ ਮੁਹੱਬਤ ਦਿੰਦੇ ਹਾਂ। ਨਹੀਂ ਤਾਂ ਬਾਹਰ ਆਓ, ਕਬੱਡੀ ਟੀਮ ਕੋਲ ਪੁੱਛਦੇ ਹਾਂ ਜਿਹੜੀ ਪਾਕਿਸਤਾਨ ਆਈ ਸੀ ਭਾਰਤ ਦੀ, ਕਿ ਉਹਨਾਂ ਨੂੰ ਅਸਾਂ ਕਿੰਨਾ ਪਿਆਰ ਦਿੱਤਾ, ਕਿੰਨੀ ਮੁਹੱਬਤ ਦਿੱਤੀ। ਅਤੇ ਫਿਰ ਵੀ ਤੁਹਾਨੂੰ ਗੱਲ ਸਮਝ 'ਚ ਨਾ ਹੋਵੇ ਤਾਂ ਫਿਰ ਜੇ ਸ਼ਾਹ ਕੀ ਜੈ ਹੋ, ਅਸਲਾਮ ਵਾਲੇਕੁਮ। ਜਿਹੜੀ ਇਹ ਪਾਕਿਸਤਾਨ ਅਤੇ ਪੰਜਾਬ ਦੀ ਸਭ ਤੋਂ ਮਕਬੂਲ ਖੇਲ ਹੈ, ਇਹ ਉਹ ਖੇਲ ਹੈ ਕਿ ਜਿਹਦੀ ਕੋਈ ਮਸ਼ਹੂਰੀ ਹੋਵੇ ਨਾ ਹੋਵੇ, ਦੰਗਲ ਹੋਵੇ ਕਬੱਡੀ ਹੋਵੇ, ਲੋਕ ਉੱਠ ਕੇ ਆਉਂਦੇ ਆ। ਜਦਕਿ ਕ੍ਰਿਕਟ ਵੱਲ ਜ਼ੋਰ ਲਾ ਕੇ ਚੰਦ ਲੋਕ ਆਉਂਦੇ ਆ। ਸਾਡੇ ਨਾਲ ਇਸ ਵਕਤ ਭਾਰਤੀ ਪੰਜਾਬ ਕਬੱਡੀ ਟੀਮ ਦੇ ਕਪਤਾਨ ਮੌਜੂਦ ਆ, ਉਹਨਾਂ ਨਾਲ ਗੁਫ਼ਤਗੂ ਕਰਨੇ ਆ। ਕਿੰਨੇ ਦਿਨ ਹੋ ਗਏ ਤੁਹਾਨੂੰ, ਇੰਨੇ ਦਿਨ ਹੋ ਗਏ ਪਾਕਿਸਤਾਨ 'ਚ, ਕਿਸ ਤਰ੍ਹਾਂ ਦੀ ਮੁਹੱਬਤ ਮਿਲੀ, ਕਿਸ ਤਰ੍ਹਾਂ ਦਾ ਸਵਾਗਤ ਮਿਲਿਆ? ਸਤਿ ਸ਼੍ਰੀ ਅਕਾਲ ਜੀ, ਅਸੀਂ ਫੈਸਲਾਬਾਦ ਤੋਂ ਬੈਵਲਪੁਰ ਤੋਂ ਸਹੀਵਾਲ ਤੋਂ ਹੁਣ ਲਾਹੌਰ ਪਹੁੰਚੇ ਜੀ। ਆਪਣਾ ਕਬੱਡੀ ਦਾ ਕਾਫਲਾ ਬਹੁਤ ਵਧੀਆ ਪਿਆਰ ਮਿਲਿਆ ਜੀ, ਸਾਰੇ ਹਰੇਕ ਥਾਂ 'ਤੇ ਸਾਡਾ ਵਧੀਆ ਸਵਾਗਤ ਕੀਤਾ ਗਿਆ, ਪਬਲਿਕ ਤੋਂ ਬਹੁਤ ਵਧੀਆ ਪਿਆਰ ਮਿਲਿਆ ਜੀ। ਅਤੇ ਇੱਥੇ ਵੀ ਉਮੀਦ ਹੈ ਸਾਨੂੰ ਉਸੇ ਤਰ੍ਹਾਂ ਹੀ ਜਿਵੇਂ ਉੱਥੇ ਪਿਆਰ ਮਿਲਿਆ, ਉਮੀਦ ਇੱਥੇ ਮਿਲਦੀ ਵੀ ਤੇ। ਅਤੇ ਆਵਾਮ ਵੱਲੋਂ ਤੁਹਾਨੂੰ ਕੋਈ ਤੁਹਾਡੇ ਖਿਲਾਫ਼ ਕੋਈ ਨਾਅਰੇਬਾਜ਼ੀ ਜਾਂ ਕੋਈ ਬੋਤਲ ਜਾਂ ਕੋਈ ਇਸ ਤਰ੍ਹਾਂ ਦਾ ਵਾਕਿਆ ਤਾਂ ਨਹੀਂ ਹੋਇਆ? ਨਹੀਂ, ਬਿਲਕੁਲ ਵੀ ਨਹੀਂ ਹੋਇਆ ਜੀ, ਬਸ ਫੋਟੋਆਂ ਬਹੁਤ ਜ਼ਿਆਦਾ ਖਿਚਾਉਂਦੇ ਨਹੀਂ ਸਾਡੇ ਨਾਲ। ਇਹ ਗੱਲ ਮੈਂ ਕਿਸ ਵਾਸਤੇ ਕਹੀ, ਇਹ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਪਾਕਿਸਤਾਨੀ ਸਿਰਫ ਪਿਆਰ ਦਿੰਦੇ ਹਾਂ, ਭਰਾਵਾਂ ਵਾਲਾ ਮੁਹੱਬਤ ਦਿੰਦੇ ਹਾਂ, ਔਰ ਆਉਣ ਵਾਲੇ ਮਹਿਮਾਨ ਨੂੰ ਪੂਰੀ ਪੂਰੀ ਇੱਜ਼ਤ ਦਿੰਦੇ ਹਾਂ, ਨਾ ਬੋਤਲਾਂ ਮਾਰਨੇ ਆ, ਨਾ ਉਹਨਾਂ ਦੇ ਖਿਲਾਫ਼ ਹੰਗਾਮੇ ਕਰਨੇ ਆ। ਅਤੇ ਕੱਲ੍ਹ ਤੁਹਾਡਾ ਪਾਕਿਸਤਾਨ ਦੇ ਪੰਜਾਬ ਨਾਲ ਮੈਚ ਹੋ ਰਿਹਾ, ਅਤੇ ਕੀ ਉਮੀਦਾਂ, ਕੀ ਤੁਹਾਕੋ ਆ ਤਾਂ ਕੱਲ੍ਹ ਤੁਹਾਡਾ ਜਿਹੜਾ ਚੰਗਾ ਤਗੜਾ ਮੈਚ ਹੋ ਰਿਹਾ ਪਾਕਿਸਤਾਨ ਦੇ ਪੰਜਾਬ ਨਾਲ? ਬਹੁਤ ਵਧੀਆ ਜੀ, ਸਾਨੂੰ ਐਕਸਪੀਰੀਅੰਸ ਹੋਰ ਵੀ ਵਧੇਗਾ, ਸਾਡਾ ਪਾਕਿਸਤਾਨ ਦੀ ਟੀਮ ਵੀ ਪੂਰੀ ਬੈਲੈਂਸ ਹੈ, ਸਾਡੇ ਮੁੰਡੇ ਵੀ ਪੂਰੇ ਵਧੀਆ ਨੇ, ਪੂਰੇ ਐਨਰਜੀ 'ਚ ਨੇ, ਪੂਰਾ ਤਗੜਾ ਮੁਕਾਬਲਾ ਆਵਾਮ ਨੂੰ ਵੇਖਣ ਨੂੰ ਮਿਲੇਗਾ। ਬਾਕੀ ਜਿੱਤ ਲੈਂਦੇ ਪੰਜਾਬ ਦੀ ਹੋਏ, ਚਾਹੇ ਚੜ੍ਹਦੇ ਪੰਜਾਬ ਦੀ, ਜਿੱਤ ਪੰਜਾਬ ਦੀ ਹੈ, ਕਬੱਡੀ ਦੀ ਹੈ। ਕਬੱਡੀ ਦੀ ਆ, ਅਤੇ ਤੁਸੀਂ ਕੀ ਸਮਝਦੇ ਹੋ, ਜਿਸ ਤਰ੍ਹਾਂ ਮੈਂ ਕਿਹਾ ਕਿ ਦੰਗਲ ਹੋਵੇ ਜਾਂ ਕਬੱਡੀ ਹੋਵੇ, ਆਵਾਮ ਜਿਹੜੀ ਆ ਉਹ ਬਗੈਰ ਕਿਸੇ ਮਸ਼ਹੂਰੀ ਤੋਂ ਵੀ ਮੇਲੇ ਵੰਗਵਾਉਂਦੀ ਆ, ਇਹਦੀ ਵਜ੍ਹਾ ਤੁਸੀਂ ਕੀ ਸਮਝਦੇ ਹੋ? ਕਿ ਵਜ੍ਹਾ ਜੀ, ਕਬੱਡੀ ਜਿਹੜੀ ਸਾਡੇ ਬਲੱਡ 'ਚ, ਦੋਨਾਂ ਪੰਜਾਬਾਂ ਦੇ ਬਲੱਡ 'ਚ ਕਬੱਡੀ ਜੀ, ਚਾਹੇ ਸਾਨੂੰ ਕੋਈ ਸੱਦੇ ਚਾਹੇ ਨਾ ਸੱਦੇ, ਜਿੱਥੇ ਕਬੱਡੀ ਹੈ ਅਸੀਂ ਉੱਥੇ ਪੰਜਾਬੀ ਜ਼ਰੂਰ ਮਿਲਣਗੇ ਜੀ। ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜੇ ਸ਼ਹਿਰ 'ਚ ਖੇਡ ਕੇ ਮਜ਼ਾ ਆਇਆ? ਕਿਉਂਕਿ ਫੈਸਲਾਬਾਦ ਜਿਹੜੀ ਪੰਜਾਬੀ ਬੋਲੀ ਜਾਂਦੀ ਆ ਉਹ ਤੁਹਾਡੇ ਪੰਜਾਬ ਵਾਲੀ ਪੰਜਾਬੀ ਬੋਲੀ ਜਾਂਦੀ ਆ, ਮੈਂ ਵੀ ਟੁੱਟੀ ਭੱਜੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਤੁਹਾਡੇ ਜਿਹੜੀ ਉੱਥੇ ਪੰਜਾਬੀ ਬੋਲੀ ਜਾਂਦੀ ਆ ਉਹ ਬੋਲੀ ਜਾਏ। ਕਿਹੜੇ ਸ਼ਹਿਰ 'ਚ ਮਜ਼ਾ ਆਇਆ ਸਭ ਤੋਂ ਜ਼ਿਆਦਾ? ਸਭ ਤੋਂ ਜ਼ਿਆਦਾ ਜੀ ਸਾਨੂੰ ਫੈਸਲਾਬਾਦ ਵਧੀਆ ਲੱਗਾ, ਬਾਕੀ ਬੈਬਲਪੁਰ ਸਹੀਵਾਲ ਉੱਥੇ ਵੀ ਵਧੀਆ ਲੱਗਾ, ਇੱਥੇ ਅਸੀਂ ਕੱਲ੍ਹ ਨੂੰ ਮੈਚ ਖੇਡਣਾ, ਪਤਾ ਲੱਗ ਜੂਗਾ ਜੀ। ਅਤੇ ਪੰਜਾਬ ਤੁਹਾਡੇ ਪੰਜਾਬ 'ਚ ਕਿੰਨੀ ਖੁਸ਼ੀ ਆ ਕਿ ਸਾਡੀ ਹਕੂਮਤ ਨੇ ਕਰਤਾਰਪੁਰ ਦੀ ਰਾਹਦਾਰੀ ਖੋਲ੍ਹਣ ਦਾ ਐਲਾਨ ਕਰਤਾ, ਔਰ ਬਹੁਤ ਜਲਦੀ ਜਿਹੜੇ ਲੋਕ ਆ ਉਹ ਆਉਣਾ ਜਾਣਾ ਸ਼ੁਰੂ ਕਰ ਦੇਣਗੇ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਸਾਡੇ ਕਰਤਾਰਪੁਰ ਸਾਹਿਬ ਤੀਰਥ ਸਥਾਨ ਸਾਡੇ ਹਰਿਮੰਦਰ ਸਾਹਿਬ ਦੇ ਬਰਾਬਰ ਹੈ ਜੀ, ਅਤੇ ਇਹਦੇ ਨਾਲ ਬਹੁਤ ਜ਼ਿਆਦਾ ਲੋਕਾਂ 'ਚ, ਸਿੱਖਾਂ 'ਚ ਖਾਸ ਕਰਕੇ ਬਹੁਤ ਜ਼ਿਆਦਾ ਪਿਆਰ ਵਧੇਗਾ ਜੀ, ਆਪਸ ਵਿੱਚ ਮਿਲਵਰਤਨ ਵਧੇਗਾ ਜੀ, ਸਾਂਝਾਂ ਵਧਣਗੀਆਂ, ਪੁਰਾਣੇ ਜਿਹੜੇ ਵਿਛੜੇ ਹੋਏ ਆਪਸ 'ਚ ਮਿਲਣਗੇ ਜੀ। ਬਹੁਤ ਵਧੀਆ, ਇਸ ਪਾਕਿਸਤਾਨ ਸਰਕਾਰ ਦਾ ਇਹਦੇ ਲਈ ਬਹੁਤ ਧੰਨਵਾਦ ਕਰਦੇ ਜੀ। ਤਾਂ ਆਖਰੀ ਪੈਗਾਮ ਪਾਕਿਸਤਾਨੀ ਆਵਾਮ, ਸਪੈਸ਼ਲੀ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਹੈਗੇ ਆ, ਜਿਹੜੇ ਕੱਲ੍ਹ ਮੈਚ ਹੈ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਬਸ ਇਹੀ ਕਹਾਂਗੇ ਜੀ, ਤੁਸੀਂ ਹੁੰਮ ਹੁਮਾ ਕੇ ਪਹੁੰਚੋ, ਅਸੀਂ ਤੁਹਾਡੇ ਆਉਣ ਦਾ ਪੂਰਾ ਮੁੱਲ ਮੋੜਾਂਗੇ, ਬੈਸਟ ਮੈਚ ਦੇਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਸ਼ੁਕਰੀਆ, ਔਰ ਪਾਕਿਸਤਾਨ ਆਉਣ 'ਤੇ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ, ਔਰ ਤੁਹਾਡੇ ਸ਼ੁਕਰਗੁਜ਼ਾਰ ਹਾਂ, ਔਰ ਤੁਹਾਨੂੰ ਉਹੀ ਪਿਆਰ ਲਾਹੌਰ 'ਚ ਵੀ ਮਿਲੇਗਾ ਜਿਹੜਾ ਤੁਹਾਨੂੰ ਹਰ ਜਗ੍ਹਾ 'ਤੇ ਮਿਲਿਆ। ਇਹ ਸੀ ਜੀ ਭਾਰਤੀ ਪੰਜਾਬ ਕਬੱਡੀ ਦੇ ਕਪਤਾਨ, ਔਰ ਉਹਨਾਂ ਦੀ ਗੱਲਾਂ ਸੁਣੀਆਂ, ਔਰ ਉਹਨਾਂ ਦੇ ਚਿਹਰੇ 'ਤੇ ਜਿਹੜੀ ਖੁਸ਼ੀ ਦੇ ਮੰਜ਼ਰ ਆ ਉਹ ਸਾਰੀ ਕਹਾਣੀ ਸੁਣਾ ਰਿਹਾ, ਮੈਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ। ਆਫਤਾਬ ਅਹਿਮਦ ਤਾਬੀ ਨੂੰ ਦਿਓ ਇਜਾਜ਼ਤ।